Am I home alone? You can only wish to be home alone. Assalamualaikum, welcome back to my channel. I'm Muzaffar Teja. Another beautiful day and hopefully another exciting and entertaining vlog. Aaj bade dinan baad oh jehda ek toofanan da silsila chalya hoya si na itthe kade Malek storm kade Stevenson storm te kade kehda storm oh do din hoye ne unna da silsila jehda thamya hai te aaj dusra din hai thodi ji na sunshine hoyi hai. ਧੁੱਪ ਨਿਕਲੀ ਹੈ ਜ਼ਰਾ ਖੂਬਸੂਰਤੀ ਆਈ ਹੈ ਅਤੇ ਉਹ ਜਿਵੇਂ ਇੱਕ ਲਤੀਫਾ ਬਣਿਆ ਹੋਇਆ ਨਾ ਇੱਕ ਬੰਦਾ ਕਿਸੇ ਫੌਤਗੀ 'ਤੇ ਗਿਆ ਅਤੇ ਉੱਥੇ ਪੁੱਛਣ ਲੱਗ ਪਿਆ ਜੀ ਕੀ ਬਣਿਆ ਸੀ ਜੀ ਕਿਵੇਂ ਫੌਤ ਹੋਏ ਨੇ ਬਜ਼ੁਰਗ ਉਹ ਜਿਨ੍ਹਾਂ ਦਾ ਬੰਦਾ ਫੌਤ ਹੋਇਆ ਸੀ ਉਹ ਕਹਿੰਦਾ ਜੀ ਬਸ ਬਿਮਾਰੀ ਤਾਂ ਕੋਈ ਨਹੀਂ ਸੀ ਬਸ ਬੁਢਾਪਾ ਖੁਦ ਬਹੁਤ ਵੱਡੀ ਬਿਮਾਰੀ ਹੈ ਉਹ ਜਿਹੜਾ ਬੰਦਾ ਅਫਸੋਸ ਕਰਨ ਆਇਆ ਹੁੰਦਾ ਉਹ ਕਹਿੰਦਾ ਹਾਂ ਜੀ ਵਾਕਈ ਜੀ ਸਾਡੇ ਮੁਹੱਲੇ ਵੀ ਕਈ ਬੱਚੇ ਇਸੇ ਬਿਮਾਰੀ ਨਾਲ ਫੌਤ ਹੋ ਗਏ ਨੇ ਅਤੇ ਹੁਣ ਸਾਡੇ 'ਤੇ ਵੀ ਬੁਢਾਪਾ ਆ ਗਿਆ ਦੋ ਦਿਨ ਹੋਏ ਨੇ ਧੁੱਪ ਨਿਕਲੀ ਨੂੰ ਔਰ ਹੇ ਫੀਵਰ ਦੇ ਸਿੰਪਟਮਸ ਵੀ ਸ਼ੁਰੂ ਹੋ ਗਏ ਨੇ ਸਵੇਰ ਦੇ ਛਿੱਕਾਂ ਮਾਰ ਮਾਰ ਕੇ ਬੁਰਾ ਹਾਲ ਹੋਇਆ ਚਲੋ ਅੱਜ ਕੁਛ ਕੰਮ ਨੇ ਦੋ ਤਿੰਨ ਕਰਨ ਵਾਲੇ ਉਹ ਵੀ ਕਰਦੇ ਹਾਂ ਅਤੇ ਤੁਹਾਨੂੰ ਨਾਲ ਸੈਰ ਵੀ ਕਰਾਉਂਦੇ ਹਾਂ ਜਿਹੜਾ ਆਰਟੀਫਿਸ਼ਲ ਇੰਟੈਲੀਜੈਂਸ ਹੈ ਨਾ ਇਹਨੇ ਯਕੀਨ ਕਰੋ ਹਰ ਸ਼ਹਿਰ ਦਾ ਰਾਹ ਲੈ ਲਿਆ ਹੋਇਆ ਆਟੋਮੈਟਿਕ ਗੱਡੀ ਹੁਣ ਪਾਰਕ ਕਰ ਰਹੀ ਹੈ ਇਟਸੈਲਫ ਇਟ ਡਜ਼ਨਟ ਡਰਾਈਵ ਬਟ ਪਾਰਕਿੰਗ ਦੇ ਵਿੱਚ ਇਫ ਯੂ ਆਰ ਐਟ ਅ ਸਪੋਟ ਜਿੱਥੇ ਤੁਹਾਨੂੰ ਫੀਲ ਹੁੰਦਾ ਕਿ ਤੁਸੀਂ ਕੰਫਰਟੇਬਲ ਨਹੀਂ ਹੈਗੇ ਉੱਥੇ ਤੁਸੀਂ ਇਹਦੇ ਨਾਲ ਪਾਰਕ ਕਰ ਸਕਦੇ ਹੋ ਔਰ ਤੁਸੀਂ ਅਗਰ ਆਟੋਮੈਟਿਕ ਪਾਰਕਿੰਗ ਦੇ ਨਾਲ ਉਹਨੂੰ ਪਾਰਕ ਕੀਤਾ ਹੈ ਦੈਨ ਯੂ ਹੈਵ ਐਨ ਆਪਸ਼ਨ ਟੂ ਡਰਾਈਵ ਆਊਟ ਆਫ ਇਟ ਜਦੋਂ ਤੁਸੀਂ ਇੱਥੋਂ ਨਿਕਲੋਗੇ ਸੋ ਰੀਅਲੀ ਟੈਕਨੋਲੋਜੀਕਲੀ ਐਡਵਾਂਸਡ ਐਂਡ ਵੈਰੀ ਵੈਰੀ ਯੂਜ਼ਫੁੱਲ ਫੀਚਰ ਕੋਸਕੋ ਦੀਆਂ ਜਿਹੜੀਆਂ ਚੀਜ਼ਾਂ ਮਿਲਦੀਆਂ ਨੇ ਨਾ ਉਹ ਕੁਆਲਿਟੀ ਦੇ ਵਿੱਚ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੁੰਦਾ ਸਾਈਜ਼ ਵੀ ਬਣੀਆਂ ਹੋਣਗੀਆਂ ਕੁਆਲਿਟੀ ਵੀ ਨਾਈਸ ਹੋਏਗੀ ਪ੍ਰਾਈਸ ਵੀ ਅੱਛੀ ਹੋਏਗੀ ਆਮ ਅ ਬਿਗ ਫੈਨ ਆਫ ਕੋਸਕੋ Thank you.
ਸਿੰਸ ਅਸੀਂ ਗੱਡੀ ਪਾਰਕ ਕੀਤੀ ਸੀ ਕਿ ਸੈਲਫ ਅਸਿਸਟ ਇਸਤੇਮਾਲ ਕਰਕੇ ਲਿਹਾਜ਼ਾ ਅਸੀਂ ਉਹਨੂੰ ਉੱਥੋਂ ਕੱਢ ਵੀ ਸਕਦੇ ਹਾਂ ਸੈਲਫ ਅਸਿਸਟ ਇਸਤੇਮਾਲ ਕਰਕੇ ਕਿਉਂਕਿ ਲੌਜਿਕ ਇਹ ਹੈ ਨਾ ਕਿ ਅਗਰ ਟਾਈਟ ਪਾਰਕਿੰਗ ਸਪੋਟ ਸੀਗਾ ਔਰ ਉੱਥੇ ਪਾਰਕ ਕਰਨ ਵਾਸਤੇ ਸਾਨੂੰ ਡਿਫੀਕਲਟੀ ਹੋਈ ਸੀ ਅਤੇ ਐਨ ਮੁਮਕਿਨ ਹੈ ਕਿ ਸਾਨੂੰ ਉੱਥੋਂ ਨਿਕਲਣ ਵਾਸਤੇ ਵੀ ਮੁਸ਼ਕਲ ਹੋਵੇ ਵੈਰੀ ਨਾਈਸ ਫੀਚਰ ਲਓ ਜੀ ਬਾਹਰੋਂ ਘੁੰਮ ਫਿਰ ਕੇ ਆ ਗਏ ਹਾਂ ਦਿਨ ਤਾਂ ਛੋਟਾ ਹੀ ਸੀਗਾ ਲੇਕਿਨ ਧੁੱਪ ਨਿਕਲੀ ਹੋਈ ਸੀ ਅੱਛਾ ਵੈਦਰ ਸੀਗਾ ਕਾਫੀ ਸਾਰੇ ਕੰਮ ਭੁਗਤਾ ਹੋ ਗਏ ਨੇ ਮੈਂ ਵੀਡੀਓ ਅੱਜ ਬੜੀ ਦੇਰ ਨਾਲ ਬਣਾ ਰਿਹਾ ਉਹਦੀ ਵਜ੍ਹਾ ਇਹ ਆ ਕਿ ਬਹੁਤ ਸਾਰੀਆਂ ਮਸਰੂਫੀਆਂ ਚੱਲ ਰਹੀਆਂ ਸੀਗੀਆਂ ਨਵਾਂ ਕੰਮ ਆ ਕੁਛ ਮੂਡ ਨਹੀਂ ਬਣਦਾ ਹੈਗਾ ਕੁਛ ਆਈਡੀਆ ਜ਼ਿਹਨ 'ਚ ਨਹੀਂ ਆਉਂਦਾ ਕਿ ਵੀਡੀਓ ਬਣਾਵਾਂ ਅਤੇ ਕਿਹੜੀ ਚੀਜ਼ ਦੇ ਬਾਰੇ 'ਚ ਬਣਾਵਾਂ ਔਰ ਦੂਸਰਾ ਕੁਛ ਦੁਨੀਆਂ ਦੇ ਹਾਲਾਤ ਐਸੇ ਹੋਏ ਹੋਏ ਨੇ ਕਿ ਮੂਡ ਬਿਲਕੁਲ ਤਬਾਹੋ ਬਰਬਾਦ ਹੋਇਆ ਰਹਿੰਦਾ ਇੱਕ ਹਾਲੀਵੁੱਡ ਦਾ ਐਕਟਰ ਹੈ ਡੈਨਜ਼ਲ ਵਾਸ਼ਿੰਗਟਨ ਉਹਨੇ ਇੱਕ ਦਫ਼ਾ ਗੱਲ ਕਹੀ ਸੀ ਬਲਕਿ ਉਹਨੂੰ ਕੁਐਸਚਨ ਪੁੱਛਿਆ ਗਿਆ ਕਿਸੇ ਨੇ ਕੁਐਸਚਨ ਪੁੱਛਿਆ ਕਿ ਤੁਸੀਂ ਖਬਰਾਂ ਸੁਣਦੇ ਹੋ ਅਤੇ ਉਹਨੇ ਕਿਹਾ ਮੈਂ ਨਹੀਂ ਖਬਰਾਂ ਨਹੀਂ ਸੁਣਦਾ ਉਹਨੇ ਕਿਹਾ ਕਿਉਂ ਨਹੀਂ ਸੁਣਦੇ ਅਤੇ ਉਹਨੇ ਇੰਗਲਿਸ਼ ਬੇਸਿਕਲੀ ਕਿਹਾ ਇਫ ਯੂ ਡੋਂਟ ਲਿਸਨ ਨਿਊਜ਼ ਦੈਨ ਯੂ ਆਰ ਅਨਇਨਫੋਰਮਡ ਇਫ ਯੂ ਡੂ ਲਿਸਨ ਨਿਊਜ਼ ਦੈਨ ਯੂ ਆਰ ਮਿਸਇਨਫੋਰਮਡ ਅਤੇ ਗੱਲ ਦਰਅਸਲ ਇਹ ਹੈ ਕਿ ਅਗਰ ਤੁਸੀਂ ਖਬਰਾਂ ਸੁਣਦੇ ਹੋ ਨਾ ਫਿਰ ਇਹਦਾ ਮਤਲਬ ਆ ਕਿ ਤੁਹਾਡੇ ਕੋਲ ਗਲਤ ਖਬਰਾਂ ਨੇ ਅਗਰ ਤੁਸੀਂ ਨਹੀਂ ਸੁਣਦੇ ਤਾਂ ਇਹਦਾ ਮਤਲਬ ਆ ਤੁਹਾਡੇ ਕੋਲ ਖਬਰਾਂ ਹੈਗੀਆਂ ਹੀ ਨਹੀਂ ਇਹ ਮੈਂ ਗੱਲ ਕਿਉਂ ਕਰ ਰਿਹਾ ਹਾਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੋਣਾ ਰੂਸ ਦਾ ਅਤੇ ਯੂਕਰੇਨ ਦਾ ਨਾ ਤਨਾਜ਼ਾ ਚੱਲ ਰਿਹਾ ਕਹਿੰਦੇ ਨੇ ਕਿ ਜੀ ਰੂਸ ਨੇ ਹਮਲਾ ਕੀਤਾ ਹੋਇਆ ਯੂਕਰੇਨ 'ਤੇ ਜਿਹੜੇ ਵੈਸਟਰਨ ਮੀਡੀਆ ਆਊਟਲੈਟਸ ਨੇ BBC CNN ਬਲੂਮਬਰਗ ਅਮੈਰੀਕਨ ਨੇ ਜਿਹੜੇ ਉਹਨਾਂ ਨੇ ਹਾਲ ਦੁਹਾਈ ਮਚਾਈ ਹੋਈ ਹੈ ਕਿ ਜਨਾਬ ਰੂਸ ਨੇ ਬੜਾ ਜ਼ੁਲਮ ਕਰਤਾ ਰੂਸ ਨੇ ਆਹ ਕਰਤਾ ਰੂਸ ਨੇ ਉਹ ਕਰਤਾ ਅਤੇ ਫਿਰ ਕੁਛ ਰਸ਼ੀਅਨ ਆਊਟਲੈਟਸ ਨੇ ਜਿਹੜੇ ਬਿਲਕੁਲ ਉਹਦੇ ਅਪੋਜ਼ਿਟ ਪਿਕਚਰ ਪ੍ਰਜੈਂਟ ਕਰਦੇ ਨੇ ਔਰ ਉਹਦੇ ਨਾਲ ਉਹ ਜਿਹੜੀ ਪਿਕਚਰ ਹੁੰਦੀ ਆ ਉਹ ਕੰਟਰਾਡਿਕਟ ਕਰਦੀ ਹੈ ਇਸ ਵੈਸਟਰਨ ਮੀਡੀਆਜ਼ ਦੇ ਨਾਲ ਅਤੇ ਮਤਲਬ ਨਾ ਤੁਸੀਂ ਸਮਝ ਨਹੀਂ ਪਾਉਂਦੇ ਕਿ ਯਾਰ ਸੱਚ ਕੌਣ ਬੋਲ ਰਿਹਾ ਹੈ ਹੁਣ ਤੁਸੀਂ ਪਾਕਿਸਤਾਨ ਦੇਖ ਲਓ ਪਾਕਿਸਤਾਨ ਦੇ ਵਿੱਚ ਇੱਕ ਸੈੱਟ ਆਫ ਸਹਾਫੀ ਨੇ ਜਿਹੜੇ ਜਨਾਬ ਇਮਰਾਨ ਖਾਨ ਦੀ ਫੇਵਰ ਕਰਨ ਡਏ ਨੇ ਇੱਕ ਸੈੱਟ ਆਫ ਸਹਾਫੀ ਨੇ ਉਹ ਕਹਿੰਦੇ ਨੇ ਜੀ ਨਵਾਜ਼ ਸ਼ਰੀਫ ਤੋਂ ਵੱਧ ਤਾਂ ਜਨਾਬ ਕੋਈ ਸਿਆਸਤਦਾਨ ਨਹੀਂ ਸੀ ਹੈਗਾ ਕੋਈ ਐਸਾ ਸਿਆਸਤਦਾਨ ਨਹੀਂ ਗੁਜ਼ਰਿਆ ਜਿਹੜਾ ਨਵਾਜ਼ ਸ਼ਰੀਫ ਤੋਂ ਜ਼ਿਆਦਾ ਪਾਕਿਸਤਾਨ ਦੇ ਨਾਲ ਮੁਹੱਬਤ ਕਰਦਾ ਹੋਵੇ ਅਤੇ ਤੁਹਾਨੂੰ ਨਾ ਮਤਲਬ ਹਰ ਕਿਸਮ ਦੇ ਸਹਾਫ਼ੀ ਜਰਨਲਿਸਟ ਮਿਲਦੇ ਨੇ ਗੱਲ ਜਿਹੜੀ ਮੈਂ ਕਰਨਾ ਚਾਹ ਰਿਹਾ ਨਾ ਉਹ ਇਹ ਹੈ ਇਹਨਾਂ ਦਾ ਜਿਹੜਾ ਓਬਜੈਕਟਿਵ ਹੁੰਦਾ ਹੈ ਨਾ ਮੀਡੀਆ ਆਊਟਲੈਟਸ ਦਾ ਇਹ ਜਿਹੜੇ ਨਿਊਜ਼ ਏਜੰਸੀਆਂ ਨੇ ਇਹ ਬੇਸਿਕਲੀ ਬ੍ਰੇਨ ਵਾਸ਼ ਇਹਨਾਂ ਨੇ ਕਰਨਾ ਹੁੰਦਾ ਤੁਹਾਨੂੰ ਔਰ ਤੁਹਾਡੇ ਸੈਂਟੀਮੈਂਟਸ ਨੂੰ ਵਿਨ ਕਰਕੇ ਆਪਣੇ ਓਬਜੈਕਟਿਵ ਦੇ ਹਸੂਲ ਵਾਸਤੇ ਇਸਤੇਮਾਲ ਕਰਨਾ ਹੁੰਦਾ ਆਪਣੇ ਓਬਜੈਕਟਿਵ ਹੋ ਗਏ ਜਾਂ ਉਹਨਾਂ ਬੋਸਸ ਦੇ ਓਬਜੈਕਟਿਵ ਹੋ ਗਏ ਜਿਨ੍ਹਾਂ ਨੂੰ ਉਹ ਮੀਡੀਆ ਆਊਟਲੈਟਸ ਸਰਵ ਕਰਦੇ ਨੇ ਭਾਵੇਂ ਪਾਕਿਸਤਾਨ ਹੋ ਗਿਆ ਭਾਵੇਂ ਵੈਸਟਰਨ ਦੁਨੀਆ ਹੋ ਗਈ ਹਰ ਜਗ੍ਹਾ 'ਤੇ ਇਹੀ ਕੁਛ ਚੱਲਦਾ ਹੈ ਹੁਣ ਜੋ ਹਕਾਇਕ ਨੇ ਉਹ BBC ਨਹੀਂ ਦਿਖਾਉਂਦਾ CNN ਨਹੀਂ ਦਿਖਾਉਂਦਾ ਕਿ ਐਕਚੁਅਲੀ ਗਰਾਊਂਡ ਦੇ ਉੱਤੇ ਕੀ ਹੋ ਰਿਹਾ ਔਰ ਦੂਸਰੀ ਸਾਈਡ 'ਤੇ ਜਿਹੜੇ ਮਤਲਬ ਰਸ਼ੀਅਨ ਨੇ ਉਹ ਨਹੀਂ ਦਿਖਾਉਂਦੇ ਕਿ ਜਿਹੜੀਆਂ ਚੀਜ਼ਾਂ ਉਹ ਗਲਤ ਕਰ ਰਹੇ ਨੇ ਉਹ ਨਹੀਂ ਦਿਖਾਉਂਦੇ ਉਹ ਸਾਰੀਆਂ ਚੀਜ਼ਾਂ ਉਹ ਦਿਖਾਉਂਦੇ ਨੇ ਜਿਹੜੀਆਂ ਉਹਨਾਂ ਦੇ ਫੇਵਰ 'ਚ ਨੇ ਮਤਲਬ ਦੋਨੋਂ ਪਾਰਟੀਆਂ ਨਾ ਆਪਣੇ ਆਪਣੇ ਸੈਂਟੀਮੈਂਟਸ ਵਿਨ ਕਰਨ ਵਾਸਤੇ ਸਟਰਗਲ ਕਰ ਰਹੀਆਂ ਨੇ ਅਤੇ ਅਗਰ ਤੁਸੀਂ ਖਬਰਾਂ ਸੁਣਦੇ ਹੋ ਨਾ ਤਾਂ ਟਰੱਸਟ ਮੀ ਜਾਂ ਤਾਂ ਮਤਲਬ ਬਹੁਤ ਹੀ ਮੈਚੋਰਿਟੀ ਦਾ ਮੁਜ਼ਾਹਰਾ ਕਰਿਆ ਕਰੋ ਔਰ ਇੱਕ ਪਾਸੇ ਦੀ ਗੱਲ ਸੁਣ ਕੇ ਨਾ ਆਪਣਾ ਮਤਲਬ ਜਜਮੈਂਟ ਨਹੀਂ ਬਣਾ ਲੈਣੀ ਮਾਇੰਡ ਸੈੱਟ ਨਹੀਂ ਬਣਾ ਲੈਣਾ ਕਿ ਉੱਥੇ ਕੀ ਹੋ ਰਿਹਾ ਅਗਰ ਤੁਸੀਂ ਇਨਫੋਰਮ ਰਹਿਣਾ ਚਾਹੁੰਦੇ ਹੋ ਦੈਨ ਯੂ ਸ਼ੁੱਡ ਵਟ ਐਮ ਟਰਾਇੰਗ ਟੂ ਸੇ ਯੂ ਸ਼ੁੱਡ ਬੇਸਿਕਲੀ ਲਿਸਨ ਟੂ ਦਾ ਬੋਥ ਸਾਈਡਸ ਅਗਰ ਤੁਸੀਂ ਇੱਕ ਸਾਈਡ ਨਹੀਂ ਸੁਣੋਗੇ ਦੈਨ ਯੂ ਵਿਲ ਬੀ ਮਿਸ ਇਨਫੋਰਮਡ ਅਗਰ ਤੁਸੀਂ ਐਕਚੁਅਲੀ ਇਨਫੋਰਮਡ ਰਹਿਣਾ ਚਾਹੁੰਦੇ ਹੋ ਕਿ ਦੁਨੀਆਂ 'ਚ ਹੋ ਕੀ ਰਿਹਾ ਹੈ ਦੈਨ ਤੁਹਾਨੂੰ ਦੋਨਾਂ ਸਾਈਡਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਹੈ ਹੁੰਦਾ ਦਰਅਸਲ ਕੀ ਆ ਕਿ ਅਗਰ ਤੁਸੀਂ ਇੱਕ ਪਾਰਟੀ ਦੀ ਗੱਲਾਂ ਸੁਣੀ ਜਾਂਦੇ ਹੋ ਨਾ ਫਿਰ ਤੁਸੀਂ ਬੇਸਿਕਲੀ ਆਪਣੇ ਆਪ ਨੂੰ ਐਜ਼ ਅ ਗਿਨੀ ਪਿਗ ਬਣਾ ਕੇ ਪ੍ਰਜੈਂਟ ਕਰ ਰਹੇ ਹੋ ਕਿ ਤੁਸੀਂ ਜਨਾਬ ਕਰ ਲਓ ਸਾਡੇ 'ਤੇ ਤਜਰਬੇ ਹੁੰਦਾ ਕੀ ਆ ਕਿ ਜਦੋਂ ਇੱਕ ਹੀ ਚੀਜ਼ ਤੁਹਾਨੂੰ ਉਹਨਾਂ ਨੇ ਵਾਰ ਵਾਰ ਦੱਸੀ ਜਾਣੀ ਹੈ ਵਾਰ ਵਾਰ ਦੱਸੀ ਜਾਣੀ ਆ ਤਾਂ ਡਜ਼ਨਟ ਮੈਟਰ ਹਾਓ ਮੈਚੋਰ ਸੋਬਰ ਸੈਂਸੀਬਲ ਯੂ ਆਰ ਉਹ ਚੀਜ਼ਾਂ ਆਹਿਸਤਾ ਆਹਿਸਤਾ ਨਾ ਸ਼ਰਾਇਤ ਕਰਨੀ ਸ਼ੁਰੂ ਹੋ ਜਾਂਦੀਆਂ ਤੁਹਾਡੇ ਦਿਮਾਗ ਦੇ ਵਿੱਚ ਮਤਲਬ ਮੇਰੀ ਹੁਣ ਇੰਨੀ ਕੁ ਉਮਰ ਹੋ ਗਈ ਆ ਕਿ ਮੈਂ ਕਹਿ ਸਕਦਾ ਹਾਂ ਕਿ ਟੂ ਬੀ ਓਨੈਸਟ ਚੀਜ਼ਾਂ ਬਹੁਤ ਸਾਰੀਆਂ ਮੇਰੀਆਂ ਅੱਖਾਂ ਦੇ ਸਾਹਮਣੇ ਵਕੂ ਪਜ਼ੀਰ ਹੋਈਆਂ ਨੇ ਔਰ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ ਕਿ ਇਹ ਜਿਹੜੇ ਜਨਾਬ ਸੋ ਕਾਲਡ ਆਜ਼ਾਦੀ ਏ ਸਹਾਫਤ ਔਰ ਜਰਨਲਿਜ਼ਮ ਦੇ ਉੱਚੇ ਉੱਚੇ ਭਾਸ਼ਣ ਦੇਣ ਵਾਲੇ ਜਿਹੜੇ ਚੈਨਲਸ ਨੇ ਜਾਂ ਮੁਲਕ ਨੇ ਉਹਨਾਂ ਨੇ ਮੇਰੇ ਸਾਹਮਣੇ ਉਹਨਾਂ ਚੀਜ਼ਾਂ ਨੂੰ ਗਲਤ ਰਿਪੋਰਟ ਕੀਤਾ ਅਤੇ ਓਵਰ ਦਾ ਈਅਰਸ ਉਹ ਜਨਾਬ ਅੱਜ ਜਦੋਂ ਲੋਕ ਪਿੱਛੇ ਵੇਖਦੇ ਨੇ ਅਤੇ ਉੱਦਾਂ ਹੀ ਉਸ ਚੀਜ਼ ਨੂੰ ਯਾਦ ਕੀਤਾ ਜਾਂਦਾ ਜਿੱਦਾਂ ਉਹਨਾਂ ਨੇ ਦੱਸਿਆ ਸੀ ਖਬਰਾਂ ਵਾਲਿਆਂ ਨੇ ਜਿੱਦਾਂ ਐਕਚੁਅਲੀ ਹੋਇਆ ਸੀ ਮੈਂ ਦੇਖਿਆ ਉੱਦਾਂ ਕਿਸੇ ਨੂੰ ਵੀ ਨਹੀਂ ਯਾਦ ਅਤੇ ਦੂਸਰਾ ਜਿਹੜੀ ਫਿਰ ਇਹ ਗੁਣ ਗਾਉਂਦੇ ਨੇ ਨਾ ਆਜ਼ਾਦੀ ਹੈ ਸਹਾਫਤ ਅਤੇ ਜਰਨਲਿਜ਼ਮ ਅਤੇ ਫਰੀਡਮ ਆਫ ਸਪੀਚ ਅਤੇ ਦਿਸ ਐਂਡ ਦੈਟ
ਇਹ ਕੁਛ ਵੀ ਨਹੀਂ ਹੈਗਾ, ਇਹ ਸਿਰਫ ਨਾ ਢੰਕੋਸਲੇ ਹੀ ਨੇ ਅਤੇ ਜਿਹੜੇ ਸਾਡੇ ਵਰਗੇ ਗਰੀਬ ਮਾਲਕ ਨੇ ਪਾਕਿਸਤਾਨ ਵਰਗੇ ਉਹਨਾਂ ਦੇ ਉੱਤੇ ਨਾ ਮੈਂ ਪ੍ਰੈਸ਼ਰ ਪਾਉਣ ਵਾਸਤੇ ਇੱਕ ਟੈਕਟਿਕ ਦੇ ਤੌਰ 'ਤੇ ਯੂਜ਼ ਕੀਤਾ ਜਾਂਦਾ। ਹੁਣ ਕੁਛ ਮਤਲਬ ਇੱਥੇ ਵੈਸਟਰਨ ਦੁਨੀਆ ਦੇ ਵਿੱਚ ਕੁਛ ਜਰਨਲਿਸਟ ਗੁਜ਼ਰੇ ਨੇ ਜਿਨ੍ਹਾਂ ਨੇ ਕੁਝ ਚੀਜ਼ਾਂ ਡਿਸਕਲੋਜ਼ ਕੀਤੀਆਂ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਉਹ ਵਿਕੀ ਲੀਕਸ ਵਾਲਾ ਸੀਗਾ, ਹੁਣ ਮੈਂ ਨਾਂ ਨਹੀਂ ਪਤਾ, ਉਹ ਵੀ ਜਰਨਲਿਸਟ ਸੀ ਨਾ, ਉਹਨੇ ਆਪਣਾ ਫਰੀਡਮ ਆਫ ਸਪੀਚ ਯੂਜ਼ ਕੀਤਾ ਸੀ ਨਾ, ਉਹ ਜਨਾਬ ਇੱਥੇ ਪਤਾ ਨਹੀਂ ਐਕਵਾਡੋਰ ਦੀ ਅੰਬੈਸੀ ਦੇ ਵਿੱਚ ਪਤਾ ਨਹੀਂ ਕਿੰਨਾ ਅਰਸਾ ਕੈਦ ਰਿਹਾ ਇੰਗਲੈਂਡ ਦੇ ਵਿੱਚ, ਕਿਉਂਕਿ ਉਹਦੇ ਅਰੈਸਟ ਵਾਰੰਟ ਨਿਕਲੇ ਹੋਏ ਸੀਗੇ, ਉਹਨੂੰ ਐਕਵਾਡੋਰ ਨੇ ਪਨਾਹ ਦਿੱਤੀ ਹੋਈ ਸੀਗੀ। ਜਦੋਂ ਐਕਵਾਡੋਰ ਨੇ ਹੱਥ ਚੱਕ ਲਏ, ਇੰਗਲੈਂਡ ਨੇ ਜਨਾਬ ਨੂੰ ਧਰੂ ਕੇ ਉੱਥੋਂ ਬਾਹਰ ਕੱਢਿਆ, ਅਤੇ ਹੁਣ ਪਤਾ ਨਹੀਂ ਇੰਗਲੈਂਡ ਉਹਨੂੰ ਜਨਾਬ ਕਰਨ ਲੱਗੇ ਨੇ, ਭੇਜਣ ਲੱਗੇ ਨੇ, ਉੱਥੇ ਉਹਦੀ ਕੋਈ ਹੋਣੀ ਹੈ ਲਾਈਕ ਹੇਅਰਿੰਗ ਵਗੈਰਾ ਹੋਏਗੀ, ਕੇਸ ਚੱਲਣਗੇ ਜਾਂ ਪਤਾ ਨਹੀਂ ਚੱਲ ਗਏ ਹੋਣਗੇ, ਮੈਂ ਹੁਣ ਟੂ ਮੱਚ ਇਨਫੋਰਮ ਨਹੀਂ ਹੈਗਾ ਉਹਦੇ 'ਤੇ। ਫਿਰ ਇੱਕ ਹੋਰ ਸੀਗਾ, ਉਹਨੇ ਰਸ਼ੀਆ ਜਾ ਕੇ ਪਨਾਹ ਲੈ ਲਈ ਸੀ, ਅਤੇ ਮਕਸਦ ਕਹਿਣ ਦਾ ਇਹ ਹੈ ਕਿ ਕੋਈ ਇੱਥੇ ਸੱਚਾਈ ਜਰਨਲਿਜ਼ਮ ਔਰ ਫਰੀਡਮ ਆਫ ਸਪੀਚ ਵਾਲਾ ਕੰਮ ਨਹੀਂ ਹੈਗਾ। ਗੱਲ ਇਹ ਹੈ ਕਿ ਉਹਨਾਂ ਦੇ ਓਬਜੈਕਟਿਵ ਨੇ ਕੁਛ ਜਿਹੜੇ ਉਹਨਾਂ ਮੀਡੀਆ ਆਊਟਲੈਟਸ ਨੂੰ ਜਨਾਬ ਓਨ ਕਰਦੇ ਨੇ, ਚਲਾਉਂਦੇ ਨੇ, ਉਹਨਾਂ ਦੇ ਓਬਜੈਕਟਿਵ ਦੇ ਅਗੇਂਸਟ ਕੋਈ ਬੋਲੇਗਾ ਅਤੇ ਗਈ ਤੇਲ ਲੈਣ, ਜਰਨਲਿਜ਼ਮ ਅਤੇ ਆਜ਼ਾਦੀ ਹੈ ਸਹਾਫ਼ਤ ਅਤੇ ਦਿਸ ਐਂਡ ਦੈਟ ਸਭ ਕੁਛ ਫੌਤ। ਜੇ ਤੁਸੀਂ ਉਹਨਾਂ ਦੇ ਦੱਸੇ ਹੋਏ ਏਜੰਡੇ ਦੇ ਮੁਤਾਬਕ ਕੰਮ ਕਰੀ ਜਾਓਗੇ, ਫਿਰ ਜਨਾਬ ਤੁਹਾਡੀ ਬੱਲੇ ਬੱਲੇ ਆ, ਤੁਹਾਨੂੰ ਸੱਤੇ ਖੈਰਾਂ ਨੇ। ਅਤੇ ਮਕਸਦ ਗੱਲ ਕਰਨ ਦਾ ਇਹ ਸੀਗਾ ਕਿ ਆਪਣੇ ਆਪ ਨੂੰ ਗਿਨੀ ਪਿਗ ਬਣਾ ਕੇ ਉਹਨਾਂ ਦੇ ਅੱਗੇ ਨਾ ਸੁੱਟੋ। ਅਗਰ ਤੁਸੀਂ ਸ਼ੌਕ ਰੱਖਦੇ ਹੋ ਇਨਫੋਰਮਡ ਰਹਿਣ ਦਾ, ਤਾਂ ਦੋਨਾਂ ਪਾਸਿਆਂ ਦੀ ਗੱਲ ਸੁਣੋ। ਔਰ ਆਈ ਥਿੰਕ ਐਵਰੀਬਾਡੀ ਅੱਜ ਕੱਲ੍ਹ ਦੌਰ ਦੇ ਵਿੱਚ ਨਾ ਇੰਨਾ ਸੈਂਸੀਬਲ ਹੈਗਾ ਆ ਕਿ ਉਹ ਮਤਲਬ ਫਿਗਰ ਆਊਟ ਕਰ ਸਕੇ ਕੌਣ ਝੂਠ ਬੋਲ ਰਿਹਾ ਹੈ ਅਤੇ ਕੌਣ ਸੱਚ ਬੋਲ ਰਿਹਾ ਹੈ। ਲਿਹਾਜ਼ਾ ਆਪਣੇ ਆਪ ਨੂੰ ਸੇਫ ਰੱਖੋ, ਇਨਫੋਰਮਡ ਰੱਖੋ ਇਹਨਾਂ ਵੈਸਟਰਨ ਜਿਹੜੇ ਹੱਥਕੰਡੇ ਨੇ, ਜਾਂ ਵੈਸਟਰਨ ਨਹੀਂ ਯਾਰ, ਵੈਸਟਰਨ ਨਹੀਂ ਕਹਿਣਾ ਚਾਹੀਦਾ, ਇਹ ਅੱਛੇ ਬੁਰੇ ਲੋਕ ਹਰ ਜਗ੍ਹਾ 'ਤੇ ਨੇ, ਇਹ ਮਤਲਬ ਜਿਹੜੇ ਇਹ ਗਲਤ ਲੋਕ ਨੇ ਜਿਹੜੇ ਤੁਹਾਡੇ ਸੈਂਟੀਮੈਂਟਸ ਵਿਨ ਕਰਕੇ ਆਪਣੇ ਮਕਾਸਦ ਦੇ ਹਸੂਲ ਵਾਸਤੇ ਉਹਨਾਂ ਨੂੰ ਇਸਤੇਮਾਲ ਕਰਨਾ ਚਾਹੁੰਦੇ ਨੇ, ਉਹਨਾਂ ਤੋਂ ਬਚੋ ਔਰ ਆਪਣੇ ਆਪ ਨੂੰ ਵੈਲ ਇਨਫੋਰਮਡ ਰੱਖੋ ਬਾਏ ਵਿਚ ਐਵਰ ਮੀਨਸ ਯੂ ਥਿੰਕ ਇਜ਼ ਸੂਟੇਬਲ। ਤੁਹਾਨੂੰ ਅਗਰ ਅੱਜ ਦੀ ਵੀਡੀਓ ਪਸੰਦ ਆਈ ਆ, ਪਲੀਜ਼ ਲਾਈਕ, ਸ਼ੇਅਰ ਐਂਡ ਕਮੈਂਟ। ਔਰ ਅਗਰ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹਾਲੇ ਤੱਕ, ਦੈਨ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਉਹਦੇ ਨਾਲ ਮੈਨੂੰ ਇਨਕਰੇਜਮੈਂਟ ਮਿਲਦੀ ਹੈ ਹੋਰ ਵੀਡੀਓਜ਼ ਬਣਾਉਣ ਵਾਸਤੇ। ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਤੁਹਾਡੇ ਨਾਲ ਮੁਲਾਕਾਤ ਹੋਈ ਅਗਲੀ ਵੀਡੀਓ ਦੇ ਵਿੱਚ, ਉਦੋਂ ਤੱਕ ਅੱਲਾ ਹਾਫਿਜ਼।